ਸ਼ਸ਼ੀਕਾਲ ਜੀ, ਸਵਾਗਤ ਹੈ ਰੋਜ਼ਾਨਾ ਟਾਈਮ ਤੇ। ਇਸ ਵੇਲੇ ਦੀ ਵੱਡੀ ਖਬਰ ਗੜਸ਼ੰਕਰ ਦੇ ਇਲਾਕੇ ਰਾਮਪੁਰ ਦੀ ਹੈ, ਜਿੱਥੇ 20 ਸਾਲਾ ਨੌਜਵਾਨ ਦਾ ਕਤਲ ਹੋ ਗਿਆ ਹੈ। ਜਾਣਕਾਰੀ ਵਜੋਂ ਪਤਾ ਲੱਗਿਆ ਹੈ ਕਿ ਉਹ ਘਰ ਦਾ ਖਰਚਾ ਚਲਾਉਣ ਲਈ ਮਲੇਸ਼ੀਆ ਗਿਆ ਸੀ ਤੇ ਪਰਿਵਾਰ ਦਾ ਕਹਿਣਾ ਹੈ ਕਿ ਕਤਲ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਦੇ ਪੁੱਤਰ ਨਾਲ ਉਹਨਾਂ ਦੀ ਗੱਲ ਹੋਈ ਸੀ ਤੇ ਉਸਦੇ ਪੁੱਤਰ ਨੇ ਆਖੀ। ਸਰ, ਮੇਰਾ ਨਾਮ ਅਮਿਤਾ ਰਾਣੀ, ਮੇਰਾ ਬ੍ਰਦਰ ਜਿਹਦਾ ਨਾਮ ਭਾਰਤ ਸਿੰਘ, ਦੋ ਮਤਲਬ ਮਹੀਨੇ ਹੋਏ ਉਹਨੂੰ ਬਾਹਰ ਗਏ ਨੂੰ, ਮਲੇਸ਼ੀਆ ਗਏ ਨੂੰ, ਠੀਕ ਹੈ ਜੀ। ਉੱਥੇ ਉਹ ਕੰਮ ਕਰਦਾ ਸੀਗਾ ਬਾਰਬਰ ਸ਼ੋਪ 'ਤੇ, ਪਰ ਹਜੇ ਉਹ ਇਨਲੀਗਲ ਸੀਗਾ ਅਤੇ ਉਹਦੇ ਨਾਲ ਸਾਨੂੰ ਨਹੀਂ ਪਤਾ ਕੀ ਘਟਨਾ ਵਾਪਰੀ ਕੀ ਨਹੀਂ। ਪਰ ਉਹ ਉੱਧਰ ਐਨ ਜੀ ਓ ਆ, ਸੰਸਥਾ ਆ, ਉਹ ਕਹਿ ਰਹੇ ਹੈ ਕਿ ਉਹਨੇ ਸੂਸਾਈਡ ਅਟੈਂਪ ਕਰਿਆ। ਸਾਨੂੰ ਸਿਰਫ ਉਸ ਸੂਸਾਈਡ ਦੀ ਇੱਕ ਫੋਟੋ ਉਹਨਾਂ ਨੇ ਸੈਂਡ ਕਰੀ ਆ, ਜੋ ਕਿ ਕਲੀਅਰ ਵੀ ਨਹੀਂ ਹੈਗੀ, ਅਤੇ ਨਾ ਕੋਈ ਹੋਰ ਸਾਡੇ ਕੋਲ ਸਾਨੂੰ ਕੋਈ ਵੀਡੀਓ ਸੈਂਡ ਕੀਤੀ ਗਈ ਆ, ਨਾ ਕੋਈ ਹੋਰ ਪਰੂਫ ਦੇ ਰਹੇ ਆ ਕਿ ਉਹਨੇ ਸੂਸਾਈਡ ਕਰਿਆ। ਪਰ ਸਾਨੂੰ ਪਤਾ ਕਿ ਉਹ ਸੂਸਾਈਡ ਨਹੀਂ ਕਰ ਸਕਦਾ, ਉਹਦਾ ਮਰਡਰ ਕੀਤਾ ਗਿਆ। ਸਾਨੂੰ ਸਾਡੇ ਵੱਲੋਂ ਅਪੀਲ ਹੈ, ਮੀਡੀਆ ਦੇ ਥਰੂ ਅਪੀਲ ਕਰਦੇ ਹਾਂ ਅਸੀਂ ਕਿ ਸਾਨੂੰ ਗੌਰਮੈਂਟ ਇੱਕ ਤਾਂ ਉਹਦੀ ਬੋਡੀ ਪ੍ਰੋਵਾਈਡ ਕਰਾਈ ਜਾਵੇ, ਡੈੱਡ ਬੋਡੀ ਉਹ ਸਾਨੂੰ ਨਹੀਂ ਦੇ ਰਹੇ, ਸਾਨੂੰ ਉਹਦੀ ਬੋਡੀ ਭੇਜੀ ਜਾਵੇ। ਦੂਜਾ ਨੰਬਰ, ਸਾਰੇ ਇਨਕੁਆਇਰੀ ਕੀਤੀ ਜਾਵੇ। ਅਸੀਂ ਪੰਜਾਬ ਸਰਕਾਰ ਤੋਂ ਵੀ ਅਤੇ ਸੈਂਟਰ ਗੌਰਮੈਂਟ ਤੋਂ ਵੀ ਉਹਨਾਂ ਮੂਹਰੇ ਗੁਹਾਰ ਕਰ ਰਹੇ ਹਾਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ। ਇਹ 27 ਤਰੀਕ ਮੰਗਲਵਾਰ ਨੂੰ ਘਟਨਾ ਵਾਪਰੀ ਸੀ, ਅੱਜ ਉਹਨੂੰ 5 ਦਿਨ ਹੋ ਗਏ। ਹਾਂਜੀ, ਇੱਕ ਦਿਨ ਪਹਿਲਾਂ ਸਾਡੇ ਨਾਲ ਗੱਲ ਹੋਈ ਆ, ਇੱਧਰ ਇੰਡੀਆ ਦੇ ਰਾਤ ਦੇ 8 ਵਜੇ ਅਤੇ ਮਲੇਸ਼ੀਆ ਦੇ ਰਾਤ ਦੇ 10 ਵਜੇ ਸਾਡੇ ਨਾਲ ਗੱਲ ਹੋਈ ਆ। ਉਹ ਤੋਂ ਬਾਅਦ ਸਾਨੂੰ ਸਵੇਰ ਨੂੰ ਫੋਨ ਆਉਂਦਾ ਆ ਕਿ ਉਹਨੇ ਸੂਸਾਈਡ ਕਰ ਲਿਆ, ਅਤੇ ਇਹ ਘਟਨਾ ਉੱਧਰ ਲਈ 11-12 ਦੇ ਤਕਰੀਬਨ ਦੱਸੀ ਜਾ ਰਹੀ ਆ, ਜਦਕਿ 10 ਵਜੇ ਸਾਡੇ ਨਾਲ ਗੱਲ ਹੋ ਕੇ ਹਟੀ ਆ। ਬਿਲਕੁਲ ਰਾਜੀ ਖੁਸ਼ੀ, ਹੱਸ ਹੱਸ ਕੇ ਉਹਦੇ ਨੇ ਸਾਡੇ ਨਾਲ ਗੱਲਾਂ ਕਰੀਆਂ। ਕੋਈ ਉਹਨੂੰ ਟੈਨਸ਼ਨ ਨਹੀਂ ਸੀ, ਕੋਈ ਕੁਛ ਨਹੀਂ ਸੀਗਾ ਉਹਨੂੰ। ਇਹ ਸਾਨੂੰ ਸੂਸਾਈਡ ਕੇਸ ਨਹੀਂ ਲੱਗ ਰਿਹਾ, ਇਹ ਸਾਨੂੰ ਮਰਡਰ ਕੇਸ ਹੀ ਲੱਗ ਰਿਹਾ, ਉਹਦੀ ਤਫਤੀਸ਼ ਕੀਤੀ ਜਾਵੇ। ਅਤੇ ਮੇਰੇ ਭਰਾ ਦਾ ਨਾਮ ਭਾਰਤ ਸਿੰਘ ਹੈ, ਠੀਕ ਹੈ। ਉਹ ਗਿਆ ਸੀ ਮਲੇਸ਼ੀਆ ਕੰਮ ਕਰਨ ਵਾਸਤੇ, ਸਾਡੇ ਨਾਲ ਗੱਲ ਵੀ ਹੋਈ ਆ ਇੱਕ ਦਿਨ ਪਹਿਲਾਂ ਰਾਤ ਨੂੰ 10 ਵਜੇ, ਅਤੇ ਉਹਦੀ ਅੱਗੇ ਸਾਨੂੰ ਸਵੇਰੇ ਖਬਰ ਮਿਲਦੀ ਪਈ ਆ ਕਿ ਉਹਨੇ ਸੁਸਾਈਡ ਕਰ ਲਿਆ। ਪਰ ਜਿੱਥੇ ਤੱਕ ਸਾਨੂੰ ਲੱਗਦਾ ਆ, ਮੇਰਾ ਭਰਾ ਸੁਸਾਈਡ ਨਹੀਂ ਕਰ ਸਕਦਾ ਆ, ਉਹਦਾ ਮਰਡਰ ਹੋਇਆ ਆ। ਅਸੀਂ ਇਹੀ ਚਾਹੁੰਦੇ ਹਾਂ ਕਿ ਸਾਨੂੰ ਸਾਡੇ ਭਰਾ ਦੀ ਡੈੱਡ ਬੋਡੀ ਦਿੱਤੀ ਜਾਵੇ ਅਤੇ ਉਹਦੇ ਨਾਲ ਇਨਸਾਫ ਕੀਤਾ ਜਾਵੇ। ਮੈਂ ਪਿੰਡ ਦਾ ਸਰਪੰਚ ਹਾਂ, ਅਤੇ ਇਹ ਜਿਹੜਾ ਬੱਚਾ ਆ ਭਾਰਤ ਭੂਸ਼ਣ, ਇਹ ਅੱਜ ਤੋਂ ਕੋਈ 2 ਮਹੀਨੇ ਪਹਿਲਾਂ ਮਲੇਸ਼ੀਆ ਨੂੰ ਟੂਰਿਸਟ ਵੀਜ਼ੇ 'ਤੇ ਗਿਆ ਸੀ। ਟੂਰਿਸਟ ਵੀਜ਼ੇ 'ਤੇ ਇੱਦਾਂ ਗਿਆ ਵੀ ਤੁਹਾਨੂੰ ਪਤਾ ਵੀ ਇੱਧਰ ਕੰਮ ਕਰ ਰਿਹਾ ਨਹੀਂ ਗਾ, ਕੰਮ ਦੀ ਭਾਲ ਦੇ ਵਿੱਚ ਉੱਧਰ ਗਿਆ ਸੀਗਾ। ਅਤੇ ਉਹਨੇ ਇੱਕ ਦਿਨ ਪਹਿਲਾਂ ਆਪਣੇ ਘਰ ਇੱਥੇ ਗੱਲ ਕੀਤੀ ਹੈਗੀ, ਬੜਾ ਖੁਸ਼ ਸੀਗਾ। ਅਤੇ ਦੂਜੇ ਦਿਨ ਖਬਰ ਮਿਲਦੀ ਆ ਕਿ ਇਹ ਬੱਚੇ ਨੇ ਫਾਹਾ ਲੈ ਲਿਆ। ਸਾਨੂੰ ਇਹਦੇ ਵਿੱਚ ਨਾ ਕੁਛ ਸਾਜਿਸ਼ ਦੀ ਬੋ ਆਉਂਦੀ ਆ, ਅਤੇ ਅਸੀਂ ਭਾਰਤ ਸਰਕਾਰ ਤੋਂ ਅਤੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਉਹ ਜਿਹੜੀ ਬੱਚੇ ਦੀ ਡੈੱਡ ਬੋਡੀ ਆ ਉਹ ਲਿਆਉਣ ਦੇ ਵਿੱਚ ਪਰਿਵਾਰ ਦੀ ਮਦਦ ਕਰਨ। ਅਤੇ ਇਹਦੇ ਇਸੇ ਸੰਦਰਭ ਦੇ ਵਿੱਚ ਪਰਿਵਾਰ ਨੇ ਅਵਿਨਾਸ਼ ਰਾਏ ਖੰਨਾ ਜੀ ਹੁਣਾਂ ਨਾਲ ਵੀ ਸੰਪਰਕ ਕੀਤਾ ਸੀ, ਉਹਨਾਂ ਦੇ ਥਰੂ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਸੀ। ਅਤੇ ਅਸੀਂ ਫਿਰ ਇਹ ਦੁਬਾਰਾ ਮੰਗ ਕਰਦੇ ਹਾਂ ਕਿ ਉਹ ਬੱਚੇ ਦੀ ਜਿਹੜੀ ਡੈੱਡ ਬੋਡੀ ਆ ਉਹ ਪਰਿਵਾਰ ਨੂੰ ਇੱਥੇ ਵੀ ਲਿਆ ਕੇ ਦਿੱਤੀ ਜਾਵੇ, ਤਾਂ ਕਿ ਪਰਿਵਾਰ ਉਹਦਾ ਸੰਸਕਾਰ ਕਰ ਸਕੇ ਔਰ ਪਰਿਵਾਰ ਮਤਲਬ ਆਪਣੇ ਹੱਥਾਂ ਦੇ ਨਾਲ ਇਹ ਸਾਰਾ ਕੰਮ ਕਰ ਸਕੇ, ਤਾਂ ਕਿ ਉਹਨੂੰ ਸ਼ਾਂਤੀ ਮਿਲੇ ਪਰਿਵਾਰ ਨੂੰ ਵੀ ਅਸੀਂ ਸਾਰਾ ਕੰਮ ਆਪਣੇ ਹੱਥਾਂ ਨਾਲ ਕੀਤਾ। ਮੇਰਾ ਨਾਮ ਭਾਰਤ ਭੂਸ਼ਣ ਸਿੰਘ ਹੈ ਜੀ। ਅੱਜ ਤੋਂ 2 ਮਹੀਨੇ ਪਹਿਲਾਂ ਮਲੇਸ਼ੀਆ ਟੂਰਿਸਟ ਵਿਜ਼ਿਟ ਗਿਆ ਸੀਗਾ, ਅਤੇ ਉਹ ਕੰਮ ਕਰਨ ਮਤਲਬ ਗਿਆ ਸੀਗਾ, ਅਤੇ ਗੱਦ ਗਰੀਬੀ ਕਾਰਨ ਕੰਮ ਕਰਨ ਗਿਆ ਸੀਗਾ ਉਹਨੇ। ਅਤੇ ਇਹ ਨਾ ਮਤਲਬ ਕਹਿੰਦੇ ਵੀ ਉਹਨੇ ਸੁਸਾਈਡ ਕੀਤਾ, ਸੁਸਾਈਡ ਨਹੀਂ ਮਤਲਬ ਕਿ ਇਹ ਉਹਨੇ ਕੋਈ ਸਾਜਿਸ਼ ਰਾਹੀਂ ਮੌਤ ਕੀਤੀ ਆ। ਬਾਹਰ ਉਹਨਾਂ ਨੇ ਇੱਦਾਂ ਬਣਾਤੀ ਵੀ ਆਪੇ ਫਾਹਾ ਲੈ ਲਿਆ ਉਹਨੇ। ਇਸ ਕਰਕੇ ਅਸੀਂ ਤਾਂ ਪੰਜਾਬ ਸਰਕਾਰ ਨੂੰ ਗੁਹਾਰ ਕਰਦੇ ਹਾਂ ਕਿ ਉਹਦੀ ਲਾਸ਼ ਜਿਹੜੀ ਆ ਇੰਡੀਆ ਭੇਜੀ ਜਾਵੇ। ਸੈਂਟਰ ਸਰਕਾਰ ਨੂੰ ਵੀ ਅਸੀਂ ਇਹੀ ਕਹਿੰਦੇ ਹਾਂ ਵੀ ਉਹ ਵੀ ਉਹਨਾਂ ਦੀ ਜਿਹੜੀ ਲਾਸ਼ ਆ, ਡੈੱਡ ਬੋਡੀ ਆ, ਅਤੇ ਮਤਲਬ ਕਿ ਇੰਡੀਆ ਭੇਜੀ ਜਾਵੇ, ਉਹਨਾਂ ਦੇ ਪਰਿਵਾਰ ਇਹਨਾਂ ਕਿ ਕੋਈ ਆਖਰੀ ਸਾਹਮਣ ਦੇਖ ਸਕੇ। ਕੁਝ ਸਮੇਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਮਲੇਸ਼ੀਆ ਦੇ ਸੰਸਥਾ ਤੋਂ ਫੋਨ ਆਇਆ ਤੇ ਕਿਹਾ ਗਿਆ ਉਸਨੂੰ ਕੋਰੋਨਾ ਹੋ ਗਿਆ ਤੇ ਉਸਦੀ ਮੌਤ ਹੋ ਗਈ ਹੈ।